ਪਲੀ ਜਵਾਨੀ ਖਾਂਦੀ ਨੇ ਤਮਲਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਆਪਣਾ ਕੁਨਾਲ ਸੇਠੀ, ਸੇਠੀ ਦੇ ਵਲੋਗਸ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਅੱਜ ਅਸੀਂ ਜਾ ਰਹੇ ਹਾਂ, ਸਾਰਾ ਬੈਚ ਹੀ ਸਾਡਾ ਜਾ ਰਿਹਾ ਜੀ ਅੰਮ੍ਰਿਤਸਰ ਵੱਲ ਨੂੰ। ਬਾਕੀ ਦੇਖੋ ਜੀ, ਪੰਜਾਬੀਆਂ ਦੇ ਕੰਮ ਤਾਂ ਇਹ ਜੀ ਹੁੰਦੇ ਨੇ, ਵੇਖੋ ਕਿੱਧਰਲੇ ਪਾਸੇ ਲੈ ਜਾਣ। ਸੋ ਆਓ ਜੀ, ਤੁਹਾਨੂੰ ਲੈ ਕੇ ਚੱਲਦੇ ਹਾਂ। ਸੋ ਹੌਲੀ ਹੌਲੀ ਹੋ ਰਿਹਾ ਤਿਆਰ, ਸਾਰੇ ਦੋਸਤ ਸਾਡੇ ਆਸ਼ੀਸ਼ ਜੀ ਆ ਚੁੱਕੇ ਨੇ। ਕਿਆ ਬਾਤ ਹੈ! ਤੇ ਹੁਣ ਆਪਾਂ ਮੁੰਡੇ ਹੋ ਰਹੇ ਆ ਤਿਆਰ, ਤੁਹਾਨੂੰ ਉਹਨਾਂ ਨਾਲ ਕਰਾਉਣੇ ਆ ਗੱਲਬਾਤ। ਹਾਂਜੀ, ਕਿੱਧਰ ਨੂੰ ਤਿਆਰੀਆਂ ਨੇ ਫਿਰ ਅੱਜ? ਅੰਮ੍ਰਿਤਸਰ ਨੂੰ? ਤੇ ਆਪਣੀਆਂ ਸਿਕੰਦਰ ਜੀ? ਅੰਮ੍ਰਿਤਸਰ। ਬਾਕੀ ਪਤਾ ਨੀ ਲੱਗਦਾ ਨਾ ਕਿੱਧਰ ਨੂੰ ਪੰਜਾਬੀ ਹੋ ਜਾਣ, ਤੋ ਬਾਕੀ ਪੰਜਾਬੀਆਂ ਦਾ ਪਤਾ ਨੀ ਲੱਗਦਾ ਕਿੱਧਰ। ਹਾਂ, ਦਾਲ ਮੱਖਣੀ ਆ ਗਈ, ਰਾਇਤਾ ਆਉਣਾ ਹੀ ਆਉਣਾ। ਸੋ ਇਹ ਸਾਡਾ ਜੀ ਛੋਟਾ ਜਿਹਾ ਕਮਰਾ ਜਿੱਥੋਂ ਕਦੇ ਕਦੇ ਜੋ ਪੈਂਦਾ, ਬਾਕੀ ਡੋਂਟ ਵਰੀ, ਸੋ ਕਿਰਾਏ ਦੇ ਹਿਸਾਬ ਨਾਲ ਸਹੀ ਹੈ ਜੀ। ਪੈਕ ਹੋ ਰਿਹਾ, ਪੈਕ ਆਪਣਾ ਹੋ ਚੁੱਕਿਆ ਪੈਕ। ਸੋ ਸ਼ਿੰਦਾ ਜੀ, ਮਾੜਾ ਜਲਦੀ ਕਰੋ ਯਾਰ, ਤੁਸੀਂ ਹਰੇਕ ਵਾਰੀ ਲੇਟ ਹੁੰਦੇ ਜੇ। ਅਸੀਂ ਜਾ ਰਹੇ ਹਾਂ ਜੀ ਹੁਣ ਆਪਣੇ ਪੇਟ ਪੂਜਾ ਕਰਨ, ਹੈ ਨਾ, ਮੈਸੇਜ ਜਾ ਰਿਹਾ ਜੀ ਦੋਸਤੋ, ਤੇ ਕਹਿੰਦੇ ਪੇਟ ਪੂਜਾ ਕਰ ਲਈਏ ਥੋੜ੍ਹਾ ਜਿਹਾ, ਫਿਰ ਚੱਲਦੇ ਹਾਂਗਾ, ਫਿਰ ਰਸਤੇ ਦਾ ਆਨੰਦ ਵੀ ਆ ਜਾਏ। ਕੰਮ ਦੂਜਾ, ਹਾਂ ਦੂਜਾ, ਸਾਨੂੰ ਤੀਜੀ ਮੰਜ਼ਿਲ ਸੱਟਿਆ ਹੋਇਆ, ਸਾਨੂੰ 2-2.5 ਸਾਲ ਹੋ ਗਏ, 3 ਸਾਲ ਸਾਡੇ ਸਰਦਾਰ ਜੀ ਵਿਚਕਾਰ ਆ ਚੁੱਕੇ ਨੇ। ਹੋਰ ਕੀ ਹਾਲ ਹੈ ਮਾਲਕ? ਠੀਕ ਠਾਕ ਜੀ। ਤੇ ਸਾਡਾ ਸੋਹਣਾ ਜਿਹਾ ਹੋਸਟਲ। ਸੋ ਆਪਾਂ ਹੁਣ ਮੈਸੇਜ ਜਾ ਰਹੇ ਹਾਂ ਪਰੌਂਠਾ ਵਗੈਰਾ ਖਾਣ ਦੋਸਤ। ਤੇ ਉਹ ਕਿੱਥੇ ਗੁੰਬਰ? ਗੁੰਬਰ ਆ ਗਿਆ ਮੈਸੇਜ, ਗੁੰਬਰ ਪਹੁੰਚ ਚੁੱਕਿਆ ਜੀ ਮੈਸੇਜ 'ਚ। ਆਓ ਜੀ, ਤੁਹਾਨੂੰ ਮੈਸੇਜ ਦਰਸ਼ਨ ਕਰਾਉਣੇ ਆ। ਹਾਏ ਪੰਡਿਤ ਜੀ ਸਾਡੇ ਲੱਗੇ ਹੋਏ ਨੇ ਪਰੌਂਠਾ ਖਾਣ, ਠੀਕ ਹੈ? ਕਿਵੇਂ ਬਣਿਆ ਫਿਰ ਪਰੌਂਠਾ? ਖਾ ਲਈਏ ਅਸੀਂ ਵੀ, ਵਧੀਆ ਬਣਿਆ ਪੱਕਾ? ਅੱਜ ਤਾਂ ਮੈਂ ਕਹਿੰਦਾ ਗਲਾਸੀ ਭਰੀ ਫਿਟਾ ਪੰਜਾਬੀਆਂ ਵਾਲੇ ਚਾਹ ਦੀ। ਮੁੰਡਾ ਭਾਵੇਂ ਹਰਿਆਣੇ ਦਾ, ਕੋਈ ਚੱਕਰ ਨਹੀਂ, ਇਹਨੂੰ ਸਿਖਾਤਾ ਸੀ ਪੰਜਾਬੀਆਂ ਨਾਲ ਰਹਿ ਕੇ ਲੱਛਣ ਕਰਨੇ। ਸੋ ਇਹ ਆ ਸਾਡੀ ਮੈਸ ਯਾਦਵ, ਕੀ ਹਾਲ ਏ? ਕਰਦੇ ਆ ਲੋ, ਤੂੰ ਵੀ ਕਿਵੇਂ ਸੰਗਿਆ ਜਾ ਬੈਠਾ? ਸੋ ਆਹ ਸਾਡੀ ਮੈਸ ਹੈ ਜੀ, ਇਹ ਆਪਣੇ ਕੰਮ ਦੀ ਚੀਜ਼ ਨੀ ਗੀ। ਸੋ ਚੁੱਕੇ ਨੇ ਜੀ ਹਿਮਾਚਲ ਵਾਲੇ ਭਾਜੀ ਪਰੌਂਠੇ ਵੱਲ ਨੂੰ। ਆ ਵੀ ਸਿਕੰਦਰ, ਕਿਵੇਂ? ਗਰਮ ਵਾਲਾ ਯਾਰ। ਸੋ ਇਹ ਦੇਖੋ ਗਾਈਸ, ਸੇਠੀ ਵੀ ਅਬ ਨਾਸ਼ਤਾ ਕਰਨੇ ਲਗਾ ਹੈ। ਉਹ ਦੇਖੋ, ਉਹ ਲੱਗਿਆ ਪਿਆ ਆਪਣੀ ਸੋਹਣੀ ਭਾਬੀ ਨਾਲ। ਆਪਣੀ ਸੋਹਣੀ ਭਾਬੀ ਨਾਲ? ਪ੍ਰਭ ਕਿਵੇਂ? ਕਮਜ਼ੋਰ ਲੱਗਦੀ ਵੀ ਹੈ? ਕਮਜ਼ੋਰ ਲੱਗਣਾ ਹੀ ਹੈ, ਤੁਸੀਂ ਇੱਥੇ ਖੜਾ ਖੜਾ ਮੈਨੂੰ ਅੱਧ ਮਾਰਾ ਕਰਤਾ ਵਾ। ਕਦੋਂ ਦੇ ਸੀ? 1 ਘੰਟੇ ਦਾ ਆਪਾਂ ਵੇਟ ਕਰਦੇ, ਪਰ ਇਹ ਜਣੇ ਨਹੀਂ। ਤੁਹਾਨੂੰ ਟਾਈਮ ਦਿੱਤਾ ਸੀ 9 ਵਜੇ, ਹੁਣ 9 ਵਜੇ ਪਹੁੰਚ। ਟਾਈਮ ਤੇ ਹੈਗੇ 8:45 ਦਾ। ਉਹ ਸ਼ੀਸ਼ ਨੇ ਕਹਾ ਦਿੱਤਾ ਅਸੀਂ 8:45 ਤੇ ਪਹੁੰਚ ਗਏ, ਕਿਉਂ ਲੇਟ ਜਲਦੀ ਕਰਵਾਇਆ? 9:20 ਹੋ ਗਏ, ਤੁਮ ਲੋਗ ਅਬ ਤੱਕ ਕਿੰਗ ਖੜੇ ਹੋ? ਸਾਈ ਖਾਨੀ ਦਾ ਸਟੇਸ਼ਨ ਹਜੇ ਵੀ ਨਹੀਂ ਤੁਰਨ ਦੇ। ਚਲ ਆਏ ਪਾਸ ਤੁਰਨੇ ਆਪਾਂ। ਸੋ ਫਾਈਨਲੀ ਸਾਡੀ ਪੂਰੀ ਪਾਣ ਆ ਚੁੱਕੀ ਹੈ ਰਾਜਪੁਰੇ। ਤੂੰ ਸਾਨੂੰ ਟ੍ਰੇਨ ਤੇ ਗਿਆ ਸੀ, ਤੂੰ ਸਾਨੂੰ ਬੱਸ ਤੇ ਲੈ ਕੇ ਆ ਗਿਆ, ਕੀ ਚੱਕਰ ਹੈ ਤੇਰਾ? ਹੁਣ ਰਾਜਪੁਰੇ ਕਿਹੜੀਆਂ ਲੈਣਾ ਪਾਵਾਂ ਮੈਂ ਤੁਹਾਡੇ ਵਾਸਤੇ? ਨਵੀਆਂ ਲੈਣਾ, ਪੈਸੇ ਤਾਂ ਪਈਆਂ ਹੀ ਜਾਣਾ ਨਾ, ਹੁਣ ਟਾਈਮ ਨਹੀਂ ਸੀਗਾ ਟ੍ਰੇਨ ਦਾ। ਤੁਹਾਡਾ ਤੁਹਾਨੂੰ ਕੀ ਫਿਕਰ ਹੈ, ਪੈਸੇ ਤਾਂ ਸਾਡੇ ਲੱਗੇ, ਤੁਹਾਡਾ ਆਧਾਰ ਕਾਰਡ ਚੱਲਣਾ। ਤੇ ਤੈਨੂੰ ਅਸੀਂ ਤਾਂ ਟ੍ਰੇਨ ਤੇ ਸਾਡਾ ਆਧਾਰ ਕਾਰਡ ਚਲਾਉਣਾ ਤੂੰ? ਤੇਰੀ ਟਿਕਟ ਬੁੱਕ ਹੋਈ ਹੈ ਕਿਵੇਂ? ਰਾਕਸ਼ਾ ਵਾਂਗ ਡਰਾਈ ਨਹੀਂ ਮੈਨੂੰ, ਹੱਦ ਹੋਈ ਵੀ ਦੱਸ, ਵੱਖੀ ਪੈਂਦੀ ਹੈ ਦੱਸ, ਤੇਰੀ 120 ਟਿਕਟ ਮੈਂ ਹੋਰ ਮੰਗਣੇ ਪੈਂਦੇ। ਮੈਂ ਤੇਰਾ ਟਾਈਮ ਇੱਥੇ ਚਕਾਇਆ, ਬਿਨਾਂ ਆਧਾਰ ਕਾਰਡ ਵਾਲੀ ਵੀ ਹੈ। ਅੱਲਾ ਏ, ਇੱਥੇ ਰੱਖ, ਇਹਨਾਂ ਨੂੰ ਬੋਲਣ ਦਾ ਵੀ ਹੱਕ ਏ, ਇਹਨਾਂ ਨੂੰ ਬੋਲਣ ਦਾ ਵੀ ਹੱਕ ਏ, ਤੂੰ ਆਧਾਰ ਕਾਰਡ ਚਲਾ ਲੈ ਫਿਰ ਵੀ। ਅਸੀਂ ਥੋੜੀ ਕਿਹਾ ਸੀ ਸਰਕਾਰ ਨੂੰ ਜਾ ਕੇ ਵੀ ਤੁਸੀਂ ਸਾਡਾ ਆਧਾਰ ਕਾਰਡ ਬੰਦ ਕਰੋ ਜਾਂ ਚਲਾਓ? ਬੰਦ ਕੀਤੇ ਕਿਉਂ ਨਹੀਂ ਚਲਾਇਆ? ਜਾਲੀ ਆਧਾਰ ਕਾਰਡ ਵਾਲੇ ਵੀ ਨੇ ਉਹ ਤਾਂ ਬਈ। ਯਹਾਂ ਮਿਸ਼ਰ ਜਾਤੀ ਹੈ।
ਉਹ ਭਾਜੀ ਵੀਰੇ ਵੀਰੇ ਬਦਾਨਾ ਪੁੱਜੇ ਨਾ ਮੰਗਾ ਲਈਏ ਸੋ ਪਹੁੰਚ ਚੁੱਕੇ ਨੇ ਰਾਜਪੁਰਾ ਸਟੇਸ਼ਨ ਤੇ ਚਲੋ ਚਿੰਦੇ ਨੂੰ ਬਾਏ ਕਰ ਦੋ ਫਿਰ ਸਾਰੇ ਕਦਰਾਂ ਦਾ ਪਤਾ ਲੱਗਦਾ ਪਿਆ ਚਿੰਦੇ ਆ ਕਦਰਾਂ ਦਾ ਪਤਾ ਲੱਗ ਗਈ ਗਲਾਸ ਪਾਣੀ ਕੀ ਕਹਿੰਦੀ ਹਾਏ ਨੀ ਆ ਜਿਹੜਾ ਤੂੰ ਜੁਲਫਾਂ ਨੂੰ ਇਹੀ ਕਰਦਾ ਨਾ ਸਾਹਮਣਾ ਪਹਿਲਾਂ ਵਲੋਗ ਦੇ ਉੱਤੇ ਲਾਵਾਂਗਾ ਬਾਹਰ ਉਹ ਜਾਸ ਨੀ ਆ ਜਾ ਤੂੰ ਖੇਡ ਕੇ ਡੱਸ ਰਹੀ ਹੈ ਨਾ ਮੈਂ ਕਹਿੰਦਾ ਸੋ ਰੱਬ ਦੀ ਆਸਾ ਆ ਜਾਂਦਾ ਹੱਸੀ ਮਿੰਟ ਹੱਸੀ ਆਹ ਜਿਹੜੀ ਗੋਲ ਗੋਲ ਵਾਲ ਵਾਲੀ ਤੁਸੀਂ ਵੇਖੀ ਹੋਏਗੀ ਹਮਾਰਾ ਚਮਕਤਾ ਸਿਤਾਰਾ ਅੱਛਾ ਮੈਗੀ ਬਚਕਾ ਉਹ ਬਾਸੀ ਤੇਰੀ ਇੱਥੇ ਰੱਖ ਉਹ ਅਲੱਗ ਬੈਠਾ ਉਮਰ ਕਿਹੜੀ ਛੱਡ ਗਈ ਤੈਨੂੰ ਕਿਹੜੀ ਨਹੀਂ ਛੱਡ ਗਈ ਉਹ ਪੁੱਛ ਉਹ ਪੜਤਾ ਕਿਵੇਂ ਸਭ ਖੈਰ ਖੈਰੀਅਤ ਤੇ ਪੁੱਛਣੀ ਚਾਹੀਦੀ ਵੈਸੇ ਜੇ ਸਾਨੂੰ ਧੱਕੇ ਖਾ ਕੇ ਆਏ ਇੱਥੇ ਇਹ ਲਾਵਾਂ ਹੁਣ ਬਸ ਅੱਗੇ ਹੈਦਰ ਉਹ ਭਾਜੀ ਨਾਲ ਗੱਲ ਕਰਕੇ ਆਉਣਾ ਮੈਂ ਤੈਨੂੰ ਲਵਾਉਣਾ ਇੱਥੇ ਛੋਲੇ ਭਟੂਰੇ ਵੀ ਸੁਣੇ ਸੀਗੇ ਚਾਹ ਵੀ ਸੁਣੀ ਸੀ ਬਿਸਕੁਟ ਵੀ ਸੁਣੇ ਸੀ ਕੁਲਚਾ ਕਿੱਥੋਂ ਆ ਗਿਆ ਸਟੇਸ਼ਨ ਤੇ ਪੀਜ਼ਾ 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 ਹੇ ਐਡਵਾਂਸ ਸਟੇਸ਼ਨ ਹੈ ਮੈਨੂੰ ਤਾਂ ਲੱਗਦਾ ਦੋਨੋ ਜਾਣੀਆਂ ਕਿਹਨੂੰ ਕੋਈ ਫਿਕਰ ਨੀ ਕਿਸੇ ਦੀ ਕਿਵੇਂ ਠੀਕ ਹੋ ਮੈਂ ਤੂੰ ਸੇਠੀ ਦਾ ਚੱਲਦੇ ਆਪਾਂ ਗੁੰਬਰ ਕੋਲ ਗੁੰਬਰ ਸਭ ਤੋਂ ਪਿੱਛੇ ਬੈਠਾ ਇਹ ਬੈਠਾ ਠੀਕ ਹੈ ਜਿੰਦਾ ਹੈ ਯੇ ਦੇਖੋ ਖਾਣਾ ਚੱਲ ਰਿਹਾ ਹੈ ਸੇਠੀ ਸਾਹਿਬ ਕਾ ਸੇਠੀ ਵਾਹ ਚਿਪਸ ਅਲਗ ਖਾਣਾ ਅਲਗ ਯੇ ਕਿਆ ਡਰਾਮੇਬਾਜ਼ ਕਿਵੇਂ ਰਿਹਾ ਵੀ ਸਫ਼ਰ ਬਹੁਤ ਹੀ ਵਾਹ ਬਹੁਤ ਯਾਰ ਮੈਂ ਤਾਂ ਸੋਚ ਰਹੀ ਤੂੰ ਆਪੇ ਸੋਚ ਲੈ ਇਹਦੇ ਨਾਲ ਸਫ਼ਰ ਹੈ ਪਹੁੰਚ ਕਿਤੇ ਗਏ ਮੈਂ ਆਪਣਾ ਹਾਲ ਦੱਸਾਂ ਤਾਂ ਮੈਨੂੰ ਇਹਨਾਂ ਨਾਲ ਬਹੁਤ ਔਖਾ ਹੋਇਆ ਇਹ ਕਿਤੇ ਲੈ ਕੇ ਜਾਣ ਲਾਇਕ ਤਾਂ ਬਿਲਕੁਲ ਹੈ ਹੀ ਨਹੀਂ ਗੇ ਸਭ ਤੋਂ ਜ਼ਿਆਦਾ ਸਮਝਦੇ ਹੋ ਚਲੋ ਜੀ ਮਿਲਦੇ ਹਾਂ ਜੀ ਆਪਾਂ ਅੰਮ੍ਰਿਤਸਰ ਪਹੁੰਚ ਚੁੱਕੇ ਹਾਂ ਜੀ ਹੁਣ ਅੱਗਾਂ ਜੀ ਤੁਹਾਨੂੰ ਰਾਬਤਾ ਕਰਾਉਂਦੇ ਰਹਾਂਗੇ ਹੁਣ ਅਸੀਂ ਜਾ ਰਹੇ ਹਾਂ ਜੀ ਪ੍ਰਭ ਦੇ ਘਰੇ ਪ੍ਰਭ ਘਰੇ ਲੈ ਕੇ ਚੱਲੀਏ ਸਾਨੂੰ ਆਪਦੇ ਸੋ ਆਪਾਂ ਟਿਕਟ ਲੈ ਲਈਆਂ ਟਿਕਟਾਂ ਮਿਲ ਗਈਆਂ ਸਾਨੂੰ
ਤੁਸੀਂ ਤੁਹਾਨੂੰ ਇੱਕ ਐਡਵਾਈਸ ਵੀ ਦੇਣਾ, ਜਦੋਂ ਵੀ ਤੁਸੀਂ ਆਉਣਾ ਹੋਵੇ ਅੰਮ੍ਰਿਤਸਰ ਅਤੇ ਤੁਸੀਂ ਇੱਥੋਂ ਮੈਟਰੋ ਦੀ ਬੱਸ ਮੈਟਰੋ ਦੀ ਟਿਕਟ ਲੈ ਸਕਦੇ ਹੋ, ਸਿਰਫ 5 ਰੁਪਏ ਲੱਗਦੇ ਨੇ, ਬਾਕੀ 5 ਰੁਪਏ ਬਸ ਨਾ ਮੰਨੋ। ਸੋ ਠੀਕ ਹੈ ਜੀ, ਅਸੀਂ ਹੁਣ ਜਾ ਰਹੇ ਹਾਂ ਪ੍ਰਭ ਘਰੇ, ਥੋੜ੍ਹਾ ਸੈੱਟ ਸੁੱਟ ਹੋਵਾਂਗੇ, ਹਾਲਤ ਬੜੀ ਖਰਾਬ ਹੋ ਚੁੱਕੀ ਹੈ। ਹੁਣ ਅਸੀਂ ਮੈਟਰੋ ਦੇ ਵਿੱਚ 5-5 ਰੁਪਏ ਟਿਕਟ ਵਾਲੀ ਸਵਾਰੀ ਚੜ੍ਹ ਚੁੱਕੀ ਹੈ, ਆਹ ਬਿਸਕੁਟ ਦਿੱਤੇ ਨੇ ਸਾਨੂੰ ਉਹਨਾਂ ਨੇ, ਸੋ ਅਸੀਂ ਚਾਹ ਡਬੋ ਕੇ ਜ਼ਰੂਰ ਖਾਵਾਂਗੇ, ਤੁਹਾਨੂੰ ਟੇਸਟ ਦੱਸਾਂਗੇ ਇਹਦਾ ਕਿਵੇਂ ਹੈ। ਰਿਕਸ਼ਾ ਬਸ ਅਸੀਂ ਪਹੁੰਚ ਗਏ ਹੁਣ, ਸੋ ਜੀ ਹੁਣ ਇੱਕ ਵਾਰੀ ਜਾ ਕੇ ਤੂੰ ਸਵਾ ਸਾਡੀ ਬਾਲਮੀ ਪਿੱਛੇ ਖੜੀ ਹੈ, ਬਾਲਮੀਕਿ ਚੌਂਕ ਪਹੁੰਚ ਚੁੱਕੇ ਹਾਂ ਜੀ ਅਸੀਂ, ਜੰਗ ਚੁੰਗ ਜਿੱਤੀ ਸੂ, ਆਟੋ ਲੈਣਾ ਪਹੁੰਚ ਗਈਆਂ ਪ੍ਰਭ ਦੇ ਘਰੇ, ਤੇ ਅੱਜ ਤੁਹਾਨੂੰ ਅੰਦਰ ਲੈ ਕੇ ਜਾਂਦੀ ਹਾਂ। ਇਹ ਸਾਰੇ ਜਣੇ ਤਾਂ ਪਹੁੰਚ ਗਏ ਅੰਦਰ, ਆ ਬੈਠੇ ਸਾਰੇ ਜਣੇ, ਮਿਲੋ ਇਹਨਾਂ ਸਾਰਿਆਂ ਨੂੰ, ਆਉਂਦਿਆਂ ਨਾਲ ਹੀ ਫੋਟੋਆਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ, ਸ਼ਕਲਾਂ ਭਾਵੇਂ ਚੱਜਦੀਆਂ ਨਹੀਂ ਹੈਗੀਆਂ, ਸ਼ੁਕਰ ਹੈ ਮਸਾਂ ਕੰਮ ਕਰਦੀ ਹੋਈ ਦਿਖੀ ਹੈ ਸਾਨੂੰ। ਖਾਓ ਤੁਸੀਂ, ਸ਼ੁਰੂ ਕਰੋ ਤੁਸੀਂ, ਮੈਂ ਆ ਗਈ, ਲਿਆ ਜਾ ਬੈਠ, ਚਮਚ ਲਿਆ ਚਮਚ, ਸਾਰੀ ਹਲਕ ਚੜ ਗਿਆ, ਆ ਵੇਖੋ ਰੋਟੀ ਵੱਲ ਟੁੱਟ ਪਏ ਨੇ। ਇਹਨਾਂ ਨੂੰ ਖਾਣਾ ਨੀ ਆਉਂਦਾ, ਜਿਵੇਂ ਉਲਟੀ ਕੀਤੀ ਉਹਦੀ, ਇਹ ਹੈ ਪ੍ਰਭ ਦੇ ਫਾਦਰ ਸਾਹਿਬ ਸਾਹਿਬ ਮੇਰੇ ਕੀ ਪਤਾ ਉਹਨੇ ਆਪੇ ਹੀ ਪਾਤਾ, ਇਹ ਮੇਰੀ ਮੰਮੀ ਪ੍ਰਭ ਦੀ ਮੰਮੀ, ਹਾਏ ਹੈਲੋ ਹੈਲੋ ਉਪੜੀ, ਹਾਏ ਹੈਲੋ ਕਰੋ, ਕਰਾਂ ਕਾਰਵਾਈ ਫਿਰ, ਹੈਲੋ ਬੰਦ ਕਰ ਮੈਂ ਜਾਣਾ, ਬੱਕੀ ਕਿਤੇ ਬੰਦੂਕ ਆਪ ਹੀ ਆ ਗਈ ਤੁਰਾ, ਹੈ ਕੀ ਸੇਠੀ ਡਰਿਆ ਬੈਠਾ ਆ ਵੀ ਕਿਤੇ ਵੀ ਡੈਡੀ ਕਿਤੇ ਬੰਦੂਕ ਨਾ ਚੱਕ ਲੈਣ, ਵਾਹਿਗੁਰੂ ਵਾਹਿਗੁਰੂ ਚੱਲਦਾ, ਚੱਲ ਤਾਈ ਤਾਂ ਕਹਿੰਦੇ ਜਲਦੀ ਮੇਰੇ ਗੁਰਦੁਆਰੇ ਲੈ ਜਾਓ, ਸੱਚੀ ਬਰਮੱਠਾ ਵੀ ਦੇਖਣਾ ਹੈ, ਦਰਬਾਰ ਸਾਹਿਬ। ਸੋ ਕੁੜੀਆਂ ਹੋ ਰਹੀਆਂ ਨੇ ਰੈਡੀ, ਇੱਧਰ ਉੱਧਰ ਚਹਿਲ ਪਹਿਲ ਇਹਨਾਂ ਦੀ ਚੱਲ ਰਹੀ ਹੈ, ਅੱਜ ਹੁਣ ਇਹਨਾਂ ਨੇ ਲੇਟ ਕਰਾਤਾ ਸਾਨੂੰ, ਦੇਖੋ ਜੀ ਆ ਗਈ ਹੈ ਪੁੱਪ, ਇਹ ਆਏਗੀ ਬਈ ਸਵੇਰੇ ਸਾਨੂੰ, ਸਵੇਰੇ ਸਾਨੂੰ ਉੱਥੇ ਮਿਲੇਗੀ, ਸੋ ਅਸੀਂ ਜਾ ਰਹੇ ਹੁਣ ਜੈਤੀ ਸਜ ਦੱਜ ਗਈ ਕੁੜੀ ਬਈ, ਟਾਈਮ ਬਹੁਤ ਲਾਇਆ ਫਿਰ ਤਾਂ ਹੀ ਆ ਬਹਾਰ, ਸੋ ਜਲਦੀ ਆ ਜਾਓ ਤੁਸੀਂ, ਟਾਈਮ ਬਹੁਤ ਹੋ ਗਿਆ, ਸੋ ਹੁਣ ਆਪਾਂ ਜਲਦੀ ਕਰੀਏ ਕਿਉਂਕਿ ਸਵੇਰੇ ਅਸੀਂ ਲੇਟ ਹੋਇਆ, ਹੁਣ ਤੁਸੀਂ ਕਰਾਤਾ ਸਾਨੂੰ, ਉਹ ਕਿੱਥੇ ਦੀਕਸ਼ਾ,
ਦਿਖ ਜਾ ਕਿੱਥੇ ਗਈ ਮੈਡਮ ਹੋ ਗਈ ਡੈਡੀ ਚਰਨ ਕਿੱਥੇ ਆ ਬਈ ਮੇਕਅਪ ਮੇਕਅਪ ਚੱਲ ਰਿਹਾ ਦੋਵਾਂ ਦਾ ਅੱਛਾ ਅਯੋ ਜੀ ਕਾਜਲ ਕੁਜਲ ਹੀ ਹੁੰਦਾ ਤੁਹਾਡਾ ਮੇਕਅਪ ਵਿੱਚ ਹੋਰ ਕੀ ਹੁੰਦਾ ਦੱਸ ਤੇ ਤੂੰ ਆਪਦਾ ਦੇਖ ਲੈ ਰੱਬ ਨੇ ਬਣਾਈ ਸੋਹਣਾ ਦਿੱਤਾ ਕੀ ਕਰੀਏ ਲੋਹੜੀ ਨੀ ਪੈਂਦੀ ਸਾਨੂੰ ਮੇਕਅਪ ਮੁਕਅਪ ਕਰਨ ਦੀ ਆਪ ਦੀਕਸ਼ਾ ਹੀ ਤੇ ਨਾ ਕਾਜਲ ਬਣਾਇਆ ਗੱਲਾਂ ਚਲੋ ਵੀ ਹਮ ਜਾ ਰਹੇ ਹੈ ਸੋ ਆਜੋ ਕੁੜੀ ਜਲਦੀ ਕਰੋ ਟਾਈਮ ਬਹੁਤ ਰਹੇਗਾ ਵੇਖੀ ਅੱਖ ਚ ਮਾਰਨੀ ਪੈਨਸਲ ਜੀ ਚਲੋ ਵੀ ਚੱਕੋ ਜਲਦੀ ਮਿਸਤਰਾ ਬਹੁਤ ਮਜ਼ਾ ਆਇਆ ਸਾਨੂੰ ਆਨੰਦ ਆਇਆ ਰੋਟੀ ਪਾਣੀ ਬੜਾ ਸਵਾਦ ਸੀ ਮਜ਼ਾ ਆ ਗਿਆ ਮੈਂ ਚਾਰ ਪੰਜ ਦਿਨਾਂ ਦਾ ਪੈਕ ਵੀ ਕਰਾ ਲਿਆ ਸੋ ਫਿਰ ਆਵਾਂਗੇ ਅਸੀਂ ਵਾਪਸ ਹੁਣ ਕਿੱਥੇ ਚੱਲਿਆ ਹੁਣ ਨਾ ਜਾ ਅੰਦਰ ਹੁਣ ਨਾ ਜਾ ਅੰਦਰ ਤੂੰ ਹੁਣ ਵਾਪਸ ਆ ਜਾ ਬਾਹਰ ਮੇਲ ਆਪਾਂ ਸਵੇਰੇ ਮੈਨੂੰ ਤਾਂ ਲੱਗਦਾ ਮਿਲ ਜਾਣਾ ਵੈਸੇ ਮੇਲ ਮਿਲਾਪ ਤਾਂ ਹੀ ਹੋਈ ਇਹਦੇ ਚ ਪਤਾ ਨੀ ਚਲੋ ਚਲੋ ਜਲਦੀ ਕਰੋ ਉਹ ਸਾਈਡ ਤੇ ਜਾ ਮੈਗੀ ਆਪਾਂ ਚੱਲੇ ਦਰਬਾਰ ਸਾਹਿਬ ਸੰਗਤਾਂ ਸਾਰੀਆਂ ਬੈਠੀਆਂ ਆਪਣੀਆਂ ਦੋ ਪਿੱਛੇ ਬੈਠੇ ਹੈ ਬਾਕੀ ਦੇ ਸਾਡੀ ਤੋਰ ਤੂੰ ਵੇਖਣੀ ਕੜਵਾ ਲੈ ਦੇ ਚਾਂਦੀ ਦਾ ਵੇਲਾ ਕਹਿੰਦੇ ਮਜਾ ਜਨ ਚਾਂਦੀ ਦਾ ਵੇਲਾ ਕਹਿੰਦੇ ਮਜਾ ਜਨ ਚਾਂਦੀ ਦਾ ਕੋਲ ਮਿੱਟੀ ਗਿਆ ਭਾਵੇਂ ਆ ਤੇਰੇ ਮਕਾਨੇ ਮਾਰ ਮੁਕਾ ਲਿਆ ਮੇਰਾ